ਅਤੇ ਪੰਜਾਬ ਦੇ ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਅਫਵਾਹ ਫੈਲਾਉਣ ਵਾਲਿਆਂ ਦੇ ਖਿਲਾਫ਼ ਸਖ਼ਤੀ ਦੀ ਗੱਲ ਆਖੀ ਹੈ। ਕੈਬਨਿਟ ਮੰਤਰੀ ਨੇ ਫਗਵਾੜਾ ਹਸਪਤਾਲ ਦਾ ਦੌਰਾ ਕਰਦੇ ਹੋਏ NRI ਮੋਹਨ ਲਾਲ ਦੀ ਮੌਤ ਕਰੋਨਾ ਨਾਲ ਨਾ ਹੋਣ ਦੀ ਵੀ ਗੱਲ ਆਖੀ। ਪੰਜਾਬ ਦੇ ਉਦਯੋਗ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਫਗਵਾੜਾ ਸਿਵਲ ਹਸਪਤਾਲ ਦਾ ਨਿਰੀਖਣ ਕੀਤਾ। ਇਸ ਮੌਕੇ ਉਹਨਾਂ ਨੇ ਕਿਹਾ ਕਿ UK ਤੋਂ 5 ਮਾਰਚ ਤੋਂ ਵਾਪਸ ਆਏ NRI ਮੋਹਨ ਲਾਲ ਦੀ ਮੌਤ ਕਰੋਨਾ ਦੀ ਵਜ੍ਹਾ ਨਾਲ ਨਹੀਂ ਹੋਈ ਹੈ। ਉਹਨਾਂ ਨੇ ਇਹ ਵੀ ਦੱਸਿਆ ਕਿ ਸੂਬਾ ਸਰਕਾਰ ਅਤੇ ਸਿਹਤ ਮਹਿਕਮਾ ਪੂਰੀ ਤਰ੍ਹਾਂ ਦੇ ਨਾਲ ਚੌਕਸੀ ਦਿਖਾ ਰਿਹਾ ਤੇ ਲੋਕਾਂ ਨੂੰ ਘਬਰਾਉਣ ਦੀ ਕੋਈ ਜ਼ਰੂਰਤ ਨਹੀਂ ਹੈ। ਫਗਵਾੜਾ ਦਾ ਪੇਸ਼ੈਂਟ ਸੀ ਜਿਹਨਾਂ ਦੀ ਡੈਥ ਹੋਈ ਹੈ, ਇਹ ਕੋਈ ਉਹਨਾਂ ਦੇ ਅੰਦਰ ਅਜੇ ਤੱਕ ਕੋਈ ਟੈਸਟ ਨਹੀਂ ਹੋਇਆ, ਕੋਈ ਗੱਲ ਨਹੀਂ ਹੈ ਜੀ, ਔਰ ਕੋਈ ਇਹੋ ਜਿਹੀ ਗੱਲ ਸਾਹਮਣੇ ਨਹੀਂ ਆਈ ਕਿ ਉਹਨਾਂ ਨੂੰ ਕਰੋਨਾ ਵਾਇਰਸ ਦੀ ਪ੍ਰੋਬਲਮ ਹੈ। ਡੈਥ ਕਰੇ ਹੋਈ ਹੈ, ਉਸ ਤੋਂ ਬਾਅਦ ਗਾਂਧੀ ਹਸਪੀਟਲ ਡੈਥ ਪ੍ਰੂਫ ਕਰਨ ਲਈ ਲੈ ਕੇ ਆਏ ਸੀਗੇ। ਗਾਂਧੀ ਹਸਪਤਾਲ ਦੀ ਡਿਸਇਨਫੈਕਸ਼ਨ ਜਿਹੜੀ ਹੈ ਉਹ ਕਰ ਦਿੱਤੀ ਗਈ ਹੈ, ਡਾਇਰੈਕਟਰ ਇਜ਼ ਹੇਅਰ ਫਰੋਮ ਚੰਡੀਗੜ੍ਹ ਆਲਸੋ, ਉਹਨਾਂ ਨੇ ਵੀ ਕਨਫਰਮ ਕੀਤਾ ਹੈ। ਜਿਨ੍ਹਾਂ ਦੇ ਕੰਟੈਕਟ 'ਚ ਜਿਹੜੇ ਵੀ ਨਰਸਿਸ ਜਾਂ ਡਾਕਟਰਸ ਦੇ ਕੰਟੈਕਟ 'ਚ ਹੈ ਪੇਸ਼ੈਂਟ ਉਸ ਟਾਈਮ ਆਏ ਹੋਣਗੇ, ਉਹਨਾਂ ਦੀ ਲਿਸਟ ਅਸੀਂ ਨਾਲ ਬਣਾ ਰਹੇ ਹਾਂ। ਪੰਜਾਬ ਦੇ ਉਦਯੋਗ ਮੰਤਰੀ ਨੇ ਭਰੋਸਾ ਦਿੱਤਾ ਕਿ ਅਫਵਾਹਾਂ 'ਤੇ ਧਿਆਨ ਨਾ ਦਿੱਤਾ ਜਾਵੇ ਅਤੇ ਇਸ ਸਮੱਸਿਆ ਨਾਲ ਨਿਪਟਣ ਦੀ ਸਰਕਾਰ ਆਪਣੇ ਉਪਰਾਲੇ ਕਰ ਰਹੀ ਹੈ। ਅਸੀਂ ਕਰਾਂਗੇ ਜੇ ਕਿਸੇ ਨੇ ਗਲਤ ਚਲਾਈ ਹੈ ਤਾਂ ਉਹਦੇ ਲਈ ਅਸੀਂ ਜਿਹੜੀ ਜਾਂਚ ਹੋਏਗੀ। ਵੈਸੇ ਕੋਈ ਐਸੀ ਗੱਲ ਨਹੀਂ ਹੈ, ਅਸੀਂ ਤਾਂ ਇਹਦੇ ਲਈ ਕਿਉਂਕਿ ਇੱਥੇ NRI ਬਹੁਤ ਆਉਂਦੇ ਨੇ, ਉਹਦੇ ਲਈ ਅਸੀਂ ਆਪਣੀ ਤਿਆਰੀ ਦੇ ਲਈ ਕਿ ਹਰ ਤਰ੍ਹਾਂ ਗਵਰਨਮੈਂਟ ਇਹਦੇ ਲਈ ਤਿਆਰ ਹੈ, ਸਾਡੇ ਕੋਲ ਸਾਰੇ ਇੰਤਜ਼ਾਮ ਨੇ, ਕੋਈ ਕਿਸੇ ਕਿਸਮ ਦੀ ਘਬਰਾਉਣ ਦੀ ਗੱਲ ਨਹੀਂ, ਇੰਨੀ ਪੈਨਿਕ ਦੀ ਕੋਈ ਗੱਲ ਨਹੀਂ ਹੈ, ਸਰਕਾਰ ਪੂਰੀ ਤਰ੍ਹਾਂ ਤਿਆਰ ਹੈ। UK ਤੋਂ ਵਾਪਸ ਆਏ ਇਸ ਸ਼ਖਸ ਦੀ ਸ਼ੂਗਰ ਦੇ ਨਾਲ ਮੌਤ ਹੋਈ ਸੀ ਤੇ ਕੁਝ ਦਿਨ ਪਹਿਲਾਂ ਹੀ ਇਹ ਸ਼ਖਸ ਭਾਰਤ ਵਾਪਸ ਆਇਆ ਸੀ। ਜਲੰਧਰ ਤੋਂ ਰਾਜੀਵ ਵਾਧਵਾ, ਜ਼ੀ ਮੀਡੀਆ।